ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ 7ਵੀਂ ਜਮਾਤ ਵਿਸ਼ਾ ਸਮਾਜਿਕ ਸਿੱਖਿਆ ਪਾਠ ਨੰਬਰ 17 18ਵੀਂ ਸਦੀ ਵਿੱਚ ਭਾਰਤ ਅੱਜ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਸਾਰੇ ਪਾਠਾਂ ਦੇ ਪ੍ਰਸ਼ਨ ਉੱਤਰ ਚੈਨਲ ਤੇ ਪਾਈ ਜਾ ਚੁੱਕੇ ਨੇ ਉਹਨਾਂ ਨੂੰ ਤੁਸੀਂ ਪਲੇਲਿਸਟ ਵਿੱਚ ਜਾ ਕੇ ਦੇਖ ਸਕਦੇ ਹੋ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਪਲੇਲਿਸਟ ਦਾ ਲਿੰਕ ਦੇ ਦੇਵਾਂਗੇ ਉਸ ਤੇ ਕਲਿੱਕ ਕਰਕੇ ਤੁਹਾਨੂੰ ਪਲੇਲਿਸਟ ਮਿਲ ਜਾਵੇਗੀ ਹੁਣ ਆਪਾਂ ਅੱਜ ਦੇ ਪ੍ਰਸ਼ਨ ਉੱਤਰ ਕਰਨੇ ਸ਼ੁਰੂ ਕਰਦੇ ਹਾਂ ਇਸ ਤੋਂ ਪਹਿਲਾਂ ਬੇਨਤੀ ਹੈ ਬੱਚਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗਦੀ ਹੈ ਅਭਿਆਸ ਦੇ ਪ੍ਰਸ਼ਨ ਉੱਤਰ ਪ੍ਰਸ਼ਨ ਨੰਬਰ 1 ਫਾਰਮੀ ਸਦੀ ਵਿੱਚ ਸਥਾਪਿਤ ਹੋਈਆਂ ਕਿਸੇ ਚਾਰ ਖੇਤਰੀ ਤਾਕਤਾਂ ਦੇ ਨਾਂ ਲਿਖੋ ਉੱਤਰ ਨੰਬਰ 1 ਮਰਾਠੇ ਨੰਬਰ 2 ਹైదరాబాద్ ਦੇ ਨਿਜ਼ਾਮ ਨੰਬਰ 3 ਮੈਸੂਰ ਵਿੱਚ ਹੈਦਰ ਅਲੀ ਅਤੇ ਟਿੱਪੂ ਸੁਲਤਾਨ ਨੰਬਰ 4 ਬੰਗਾਲ ਦਾ ਰਾਜ ਪ੍ਰਸ਼ਨ ਨੰਬਰ 2 18ਵੀਂ ਸਦੀ ਵਿੱਚ ਅਬਦ ਦੇ ਉਥਾਨ ਦਾ ਸੰਖੇਪ ਵਰਣਨ ਕਰੋ ਉੱਤਰ ਸਵਾਦਤ ਖਾਨ ਨੇ ਅਬਦ ਦਾ ਸੁਤੰਤਰ ਰਾਜ ਸਥਾਪਿਤ ਕੀਤਾ ਉਸਨੇ ਖੇਤੀਬਾੜੀ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਉਸਦੀ ਮੌਤ ਤੋਂ ਬਾਅਦ ਸਫਦਰ ਜੰਗ ਸੁਜਾਉਦੌਲਾ ਅਤੇ ਆਸਫ ਆਸਫੂਦੌਲਾ ਨੇ ਅਬਦ ਵਿੱਚ ਰਾਜ ਕੀਤਾ ਅੰਗਰੇਜ਼ਾਂ ਨੇ ਆਸਫੂਦੌਲਾ ਨਾਲ ਫੈਜਾਬਾਦ ਦੀ ਸੰਧੀ ਕੀਤੀ ਉਸ ਨੂੰ ਆਬਦ ਵਿੱਚ ਰੱਖੀ ਅੰਗਰੇਜ਼ੀ ਸੈਨਾ ਬਦਲੇ ਦਿੱਤੀ ਜਾਣ ਵਾਲੀ ਰਕਮ ਨੂੰ ਵਧਾਉਣ ਲਈ ਵੀ ਮਜਬੂਰ ਕੀਤਾ ਗਿਆ। ਪ੍ਰਸ਼ਨ ਨੰਬਰ 3 18ਵੀਂ ਸਦੀ ਵਿੱਚ ਸਿੱਖ ਕਿਸ ਤਰ੍ਹਾਂ ਸ਼ਕਤੀਸ਼ਾਲੀ ਬਣੇ? ਉੱਤਰ: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖਾਂ ਅਤੇ ਮੁਗਲਾਂ ਵਿਚਕਾਰ ਕਈ ਲੜਾਈਆਂ ਹੋਈਆਂ ਗੁਰੂ ਗੋਬਿੰਦ ਸਿੰਘ ਜੀ ਦੇ 1760 ਈਸਵੀ ਵਿੱਚ ਜੋਤੀ ਜੋਤ ਸਮਾਉਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਨੇ ਸਿੱਖ ਸਿੱਖਾਂ ਦੀ ਅਗਵਾਈ ਕੀਤੀ ਉਸਨੇ ਜਲਾਲਾਬਾਦ ਕਰਨਾਲ ਪਾਣੀਪਤ ਅੰਮ੍ਰਿਤਸਰ ਗੁਰਦਾਸਪੁਰ ਕਲਾਨੌਰ ਅਤੇ ਪਠਾਨਕੋਟ ਆਦਿ ਸਥਾਨਾਂ ਉੱਤੇ ਜਿੱਤ ਪ੍ਰਾਪਤ ਕੀਤੀ 1716 ਈਸਵੀ ਵਿੱਚ ਬੰਦਾ ਸਿੰਘ ਬਹਾਦਰ ਨੂੰ ਮੁਗਲਾਂ ਨੇ ਸ਼ਹੀਦ ਕਰ ਦਿੱਤਾ ਮੁਗਲਾਂ ਨੇ ਸ਼ਹੀਦ ਕਰ ਦਿੱਤਾ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਸਾਰੀਆਂ ਮਿਸਲਾਂ ਨੂੰ ਇਕੱਠਾ ਕਰਕੇ ਪੰਜਾਬ ਵਿੱਚ ਸੁਤੰਤਰ ਰਾਜ ਦੀ ਸਥਾਪਨਾ ਕੀਤੀ। ਪ੍ਰਸ਼ਨ ਨੰਬਰ 4 ਹైదਰ ਅਲੀ ਅਤੇ ਟਿੱਪੂ ਸੁਲਤਾਨ ਨੇ ਮੈਸੂਰ ਨੂੰ ਕਿਵੇਂ ਇੱਕ ਤਾਕਤਵਰ ਰਾਜ ਬਣਾਇਆ? ਉੱਤਰ ਹైదਰ ਅਲੀ ਅਤੇ ਟਿੱਪੂ ਸੁਲਤਾਨ ਨੇ ਅੰਗਰੇਜ਼ਾਂ ਨਾਲ ਜ਼ਬਰਦਸਤ ਟੱਕਰ ਲਈ। ਹైదਰ ਅਲੀ ਨੇ ਬਹੁਤ ਸਾਰੇ ਖੇਤਰਾਂ ਨੂੰ ਜਿੱਤ ਕੇ ਮੈਸੂਰ ਨੂੰ ਇੱਕ ਸ਼ਕਤੀਸ਼ਾਲੀ ਰਾਜ ਬਣਾਇਆ। ਉਸਨੇ ਅੰਗਰੇਜ਼ਾਂ ਨੂੰ ਪਹਿਲੇ ਐਂਗਲੋ ਮੈਸੂਰ ਯੁੱਧ ਵਿੱਚ ਬੁਰੀ ਤਰ੍ਹਾਂ ਹਾਰਿਆ। ਦੂਸਰੇ ਐਂਗਲੋ ਮੈਸੂਰ ਯੁੱਧ ਵਿੱਚ ਹੈਦਰ ਅਲੀ ਦੀ ਮੌਤ ਤੋਂ ਬਾਅਦ ਉਸ ਦਾ ਪੁੱਤਰ ਟੀਪੂ ਸੁਲਤਾਨ ਮੈਸੂਰ ਦਾ ਸ਼ਾਸਕ ਬਣਿਆ। ਉਸ ਨੂੰ ਮੈਸੂਰ ਦਾ ਟਾਈਗਰ ਕਿਹਾ ਜਾਂਦਾ ਸੀ। ਉਹ ਇੱਕ ਮਹਾਨ ਦੇਸ਼ ਭਗਤ ਸੀ। ਉਹ ਅੰਗਰੇਜ਼ੀ ਸ਼ਾਸਨ ਨੂੰ ਖਤਮ ਕਰਨਾ ਚਾਹੁੰਦਾ ਸੀ। ਇਸ ਲਈ ਉਸ ਨੇ ਆਪਣੀ ਫੌਜ ਦੇ ਹਥਿਆਰਾਂ ਦਾ ਆਧੁਨਿਕੀਕਰਨ ਕੀਤਾ। ਉਸ ਨੇ ਆਪਣੀ ਰਾਜ ਵਿੱਚੋਂ ਉਦਯੋਗ ਉਸਨੇ ਆਪਣੇ ਰਾਜ ਵਿੱਚ ਉਦਯੋਗ ਅਤੇ ਵਪਾਰ ਨੂੰ ਉન્નਤ ਕੀਤਾ ਉਹ ਅੰਗਰੇਜ਼ਾਂ ਨਾਲ ਮੈਸੂਰ ਦੇ ਚੌਥੇ ਜੁੱਧ ਵਿੱਚ ਲੜਦੇ ਹੋਏ ਮਾਰਿਆ ਗਿਆ ਪ੍ਰਸ਼ਨ ਨੰਬਰ 5 ਸ਼ਿਵਾਜੀ ਨੇ ਮਰਾਠਾ ਸਮਰਾਜ ਦੀ ਸਥਾਪਨਾ ਕਰਨ ਵਿੱਚ ਕੀ ਰੋਲ ਅਦਾ ਕੀਤਾ ਉੱਤਰ ਸ਼ਿਵਾਜੀ ਇੱਕ ਮਹਾਨ ਦੇਸ਼ ਭਗਤ ਸਨ ਉਹ ਭਾਰਤ ਵਿੱਚੋਂ ਮੁਗਲਾਂ ਦੇ ਅਤਿਆਚਾਰੀ ਸ਼ਾਸਨ ਨੂੰ ਖਤਮ ਕਰਕੇ ਸੁਤੰਤਰ Hindu ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਸਨ ਸ਼ਿਵਾਜੀ ਨੇ ਮੁਗਲਾਂ ਦੇ ਪੁਰੰਦਰ ਕੋਡਾਨਾ ਕੋਕਣ ਕਲਿਆਣੀ ਅਤੇ ਸਿੰਘਗੜ ਕਿਲਿਆਂ ਅਤੇ ਪੂਨੇ ਉੱਤੇ ਕਬਜ਼ਾ ਕਰ ਲਿਆ ਅਤੇ ਸੁਤੰਤਰ ਮਰਾਠਾ ਰਾਜ ਦੀ ਸਥਾਪਨਾ ਕੀਤੀ ਸ਼ਿਵਾਜੀ ਨੇ ਆਪਣੇ ਆਪ ਨੂੰ ਸੁਤੰਤਰ ਸ਼ਾਸਕ ਕੋਸ਼ਤਗੀਤਾ ਅਤੇ ਛਤਰਪਤੀ ਸ਼ਿਵਾ ਦੀ ਉਪਾਧੀ ਤਾਰਨ ਕੀਤੀ 1680 ਈਸਵੀ ਵਿੱਚ ਉਹਨਾਂ ਦੀ ਮੌਤ ਹੋ ਗਈ ਖਾਲੀ ਸਥਾਨ ਭਰੋ ਨੰਬਰ 1 ਮੁਹੰਮਦ ਸ਼ਾਹ ਨੇ ਡੈਸ਼ ਤੱਕ ਰਾਜ ਕੀਤਾ 1719 ਤੋਂ 1748 ਈਸਵੀ ਤੱਕ ਨੰਬਰ 2 ਮੁਰਸ਼ਦ ali ਖਾਨ ਡੈਸ਼ ਦਾ ਸ਼ਾਸਕ ਸੀ ਬੰਗਾਲ ਅਤੇ ਉੜੀਸਾ ਨੰਬਰ 3 ਹੈਦਰ ali ਡੈਸ਼ ਦਾ ਸ਼ਾਸਕ ਸੀ ਮੈਸੂਰ ਨੰਬਰ 4 ਸਵਾਦਤ ਖਾਨ ਡੈਸ਼ ਈਸਵੀ ਵਿੱਚ ਅਬਦ ਦਾ ਸੂਬੇਦਾਰ ਬਣਿਆ 1722 ਨੰਬਰ 5 ਸ਼ਿਵਾਜੀ ਡੈਸ਼ ਸਮਰਾਜ ਦੇ ਸੰਸਥਾਪਕ ਸਨ ਮਰਾਠਾ ਗੋਕਲ ਡੈਸ਼ ਦਾ ਨੇਤਾ ਸੀ ਜਾਟਾਂ ਨੰਬਰ 7 ਬੰਦਾ ਸਿੰਘ ਬਹਾਦਰ ਦਾ ਮੁੱਢਲਾ ਨਾਮ ਡੈਸ਼ ਸੀ ਕਿਸੇ ਬੱਚੋ ਲਸ਼ਮਣ ਦਾਸ ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ ਨੰਬਰ 1 ਫਰੁਕਸ਼ੀਅਰ ਦਿੱਲੀ ਦਾ ਸ਼ਾਸਕ ਬਣਿਆ ਸਹੀ ਨੰਬਰ 2 ਮੁਰਸ਼ਿਦ ਕੁਲੀਖਾਂ ਅਬਦ ਦਾ ਸੂਬੇਦਾਰ ਸੀ ਗਲਤ ਨੰਬਰ 3 ਨਜਾਮੂ ਨਜਾਮ ਉਲ ਮੁਲਕ ਹైਦਰਾਬਾਦ ਸਿਆ ਰਿਆਸਤ ਦਾ ਸੰਸਥਾਪਕ ਸੀ ਸਹੀ ਨੰਬਰ 4 ਰਾਜਾ ਰਾਮ சிவாਜੀ ਦਾ ਉੱਤਰਾਧਿਕਾਰੀ ਬਣਿਆ ਗਲਤ ਨੰਬਰ 5 1740 ਈਸਵੀ ਵਿੱਚ ਬਾਲਾਜੀ ਬਾਜੀਰਾਓ ਪੇਸ਼ ਤੀਜਾ ਪੇਸ਼ਵਾ ਬਣਿਆ ਸਹੀ ਨੰਬਰ 6 ਬਾਦਨ ਸਿੰਘ ਗੋਕਲ ਦਾ ਉੱਤਰਾਧਿਕਾਰੀ ਸੀ ਗਲਤ ਬੰਦਾ ਸਿੰਘ ਬਹਾਦਰ ਨੇ ਪੰਜਾਬ ਵਿੱਚ ਸਿੱਖ ਰਾਜ ਦੀ ਸਥਾਪਨਾ ਕੀਤੀ ਸਹੀ ਸਹੀ ਮਿਲਾਨ ਕਰੋ ਇਹ ਬੱਚੇ ਇਥੇ ਉੱਤਰ ਦਿੰਦੇ ਹੋਏ ਨੇ ਠੀਕ ਹੈ ਮੈਂ ਲਿਆਉਣੀ ਤੁਹਾਡੀ ਪੁਸਤਕ ਦੇ ਵਿੱਚ ਨਹੀਂ ਇਥੇ ਅਸੀਂ ਸਿੱਧਾ ਮਿਲਾਨ ਕਰਕੇ ਉੱਤਰ ਦਿੰਦੇ ਹੋਏ ਨੇ ਬੰਦਾ ਬਹਾਦਰ ਦੀ 1722 ਈਸਵੀ ਵਿੱਚ ਮੌਤ ਹੋ ਗਈ ਸਜਾਉ ਇਥੇ ਵਿੱਚੋਂ ਬੰਦਾ ਬਹਾਦਰ ਨਹੀਂ ਹੈ ਗਿਆ ਇਥੇ ਹੈ ਬਹਾਦਰ ਸ਼ਾਹ ਠੀਕ ਹੈ ਇਥੇ ਗਲਤੀ ਨਾਲ ਪੜ੍ਹਿਆ ਗਿਆ ਇਥੇ ਹੈ ਬਹਾਦਰ ਸ਼ਾਹ ਦੀ 1712 ਈਸਵੀ ਵਿੱਚ ਮੌਤ ਹੋ ਗਈ ਸਜਾਉ ਦਿਨ ਦੀ 1739 ਈਸਵੀ ਵਿੱਚ ਮੌਤ ਹੈਦਰ ਅਲੀ ਦੀ 1782 ਈਸਵੀ ਵਿੱਚ ਮੌਤ ਹੋ ਗਈ। ਟੀਪੂ ਸੁਲਤਾਨ ਨੂੰ ਮੈਸੂਰ ਦਾ ਟਾਈਗਰ ਕਿਹਾ ਜਾਂਦਾ ਸੀ। ਕਿਹਾ ਜਾਂਦਾ ਹੈ ਸ਼ਿਵਾਜੀ ਦਾ ਜਨਮ 20 ਅਪ੍ਰੈਲ 1627 ਈਸਵੀ ਨੂੰ ਹੋਇਆ। ਨੰਬਰ 6 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸਾ ਪੰਥ ਦੀ ਸਿਰਜਣਾ ਕੀਤੀ। ਨੰਬਰ 7 ਬੰਦਾ ਸਿੰਘ ਬਹਾਦਰ ਦਾ ਜਨਮ 27 ਅਕਤੂਬਰ 1670 ਈਸਵੀ ਵਿੱਚ ਹੋਇਆ। ਤਾਂ ਵਿੱਚ ਉਸ ਪਾਠ ਦੇ ਪ੍ਰਸ਼ਨ ਉੱਤਰ ਕੰਪਲੀਟ ਹੋ ਗਏ ਨੇ ਧੰਨਵਾਦ